ਕੋਲੇ ਸੀ ਹਰਪੁਰ ਮੰਡੀ ਚ ਆਇਆ ਸੀਗਾ ਜੀ ਵਿਕ ਨਹੀਂ ਰਿਹਾ ਸੀਗਾ ਇਸ ਲਈ ਗੌਸਾਲਾ ਜਾ ਕੇ ਹਾਂਜੀ ਵਿਕਣ ਜਾ ਉਹ ਆ ਨਹੀਂ ਰਹੀ ਉੱਥੇ ਕੋਈ ਕੱਲ ਕੋਈ ਦਿੱਕਤ ਆ ਰਹੀ ਆ ਕੋਈ ਗਾਹਕ ਨਹੀਂ ਆ ਰਿਹਾ ਉੱਥੇ ਮੰਡੀ ਚ ਦੋ ਦਿਨ ਹੋ ਗਏ ਸਾਡੇ ਕੋਲ ਦੋ ਦਿਨ ਮੈਂ ਵਿਕ ਨਹੀਂ ਰਿਹਾ ਗਾੜੀ ਪਰਸੋਂ ਆਈ ਸੀ ਦੋ ਦਿਨ ਉੱਧਰ ਹੀ ਖੜੀ ਸੀ ਖਰਚਾ ਨਹੀਂ ਪੂਰਾ ਆ ਰਿਹਾ ਇਸ ਲਈ ਪਤਾ ਲੈ ਜਦੇ ਉੱਥੇ ਨੁਕਸਾਨ ਹਮਾਰਾ ਹੀ ਹੈ ਸਾਰਾ ਸਾਰੀ ਪਬਲਿਕ ਦਾ ਨੁਕਸਾਨ ਹੈ ਕੋਈ ਭੁੱਖੇ ਮਰ ਰਹੇ ਹੈ ਨਹੀਂ ਪਹਿਲਾਂ ਕੋਈ ਆਤਾ ਥਾ ਖਰੀਦ ਕੇ ਲੈ ਜਾਤਾ ਥਾ ਸਾਰੇ ਘਰੋਂ ਮੈਂ ਵਿਕਤਾ ਵੀ ਥਾ ਸਭ ਖਰੀਦਤੇ ਥੇ ਅਭੀ ਕਿਸੇ ਕੋ ਮਿਲਤਾ ਵੀ ਨਹੀਂ ਹੈ ਨੁਕਸਾਨ ਹੀ ਹੈ ਇਹ ਸਭ ਗਾਹਕ ਮੰਡੀ ਮੈਂ ਗਾਹਕ ਕੋ ਐਂਟਰ ਨਹੀਂ ਹੋਣੇ ਦਿੱਤੇ ਹੈ ਜਿਨਕੇ ਪਾਸ ਹੈ ਉਨਕੋ ਹੀ ਐਂਟਰ ਹੋਣੇ ਦਿੱਤੇ ਹੈ ਵਰਨਾ ਪਾਸ ਵਾਲੇ ਕੋ ਐਂਟਰ ਨਹੀਂ ਹੋਣੇ ਦਿੱਤੇ ਇਸ ਕੇ ਲੀਏ ਲੋਗੋ ਤੱਕ ਸੋਦਾ ਪਹੁੰਚ ਨਹੀਂ ਰਹਾ ਇਸ ਕੀ ਵਜ੍ਹਾ ਸੇ ਲੋਗ ਬਹੁਤ ਦਿੱਕਤ ਮੇ ਹੈ ਸਰਕਾਰ ਸੇ ਯਹੀ ਮੰਗ ਕਰਤੇ ਹੈ ਕਿ ਸਰਕਾਰ ਜਲਦ ਸੇ ਜਲਦ ਇਸਕਾ ਕੋਈ ਸੋਲੂਸ਼ਨ ਨਿਕਾਲੇ ਤਾਂ ਜੋ ਇਸਕਾ ਕਿਸਾਨੋ ਕੋ ਅੱਛਾ ਦਾਮ ਮਿਲ ਸਕੇ ਉਨਕਾ ਪ੍ਰੋਬਲਮ ਕਾ ਸੋਲਵ ਹੋ ਸਕੇ ਕਿਉਂਕਿ ਉਨ੍ਹਾਂ ਨੇ 6 ਮਹੀਨੇ ਸੇ ਮਿਹਨਤ ਕਰ ਰੱਖੀ ਹੈ ਨਾ ਇਸ ਪਰ ਸਾਰਾ ਅੰਦਾਜ਼ਾ ਤੋ ਕਿਸਾਨੋ ਕਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਾ ਮਾਲ ਸੀਧਾ ਵਿਕਨੇ ਆ ਰਿਹਾ ਹੈ ਕਿਤਨਾ ਮਾਲ ਥਾ ਜੀ ਔਰ ਕਿਤਨਾ ਹੈ ਇਹ ਤਕਰੀਬਨ 400 ਲਿਫਾਫਾ ਥਾ ਕਿਤਨੇ ਕਿਲੋ ਕੇ ਜੀ ਕੇ ਸਾਹਿਬ ਇਹ ਸਾ 500 ਕੁਇੰਟਲ ਕਿੰਨੇ ਕਿਲੋ ਲਾਵੇ 500 ਕੁਇੰਟਲ ਥਾ